ਵੱਡਾ ਬਾਈ ਛੋਟਾ ਬਾਈ ਛੋਟਾ ਬਾਈ ਹਰ ਕੋਈ ਛੋਟਾ ਬਣਨਾ ਚਾਹੁੰਦਾ ਇਸ ਦੁਨੀਆ ਵਿੱਚ ਤੇ ਬਰਾਬਰ ਦਾ ਹਾਂਜੀ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਨਿੱਘਾ ਸਵਾਗਤ ਹੈ ਦੁਬਾਰੀ ਮੁੜ ਕੇ ਬ੍ਰੇਕ ਤੋਂ ਬਾਅਦ ਆਏ ਹਾਂ ਤੇ ਹੁਣ ਕੀ ਹਾਲ ਚਾਲ ਵਿੱਚ ਕੀ ਅੱਗੇ ਹੋਣਾ ਧਿਆਨ ਨਾਲ ਸੁਣੋ ਹਾਂਜੀ ਪੇਸ਼ ਕਰਨ ਜਾ ਰਹੇ ਹਾਂ ਧਿਆਨ ਦੇਣਾ ਧਿਆਨ ਦੇਣਾ ਜੀ ਧਿਆਨ ਆ ਜੀ ਆ ਜਾਓ ਹਾਂ ਕੀ ਕੀ ਪੇਸ਼ ਕਰਨਾ ਪੇਸ਼ ਓਕੇ ਇਦਾਂ ਕਰੀਏ ਇੱਕ ਗਾਣਾ ਲਿਖਿਆ ਸੀਗਾ ਪੰਜਾਬ ਨਸ਼ਿਆਂ ਵੱਲ ਬਹੁਤ ਰਹਿ ਜਾਂਦਾ ਮੈਂ ਹਰ ਕਿਤਾਬ ਦੇ ਜਿੱਥੇ ਵੀ ਜਾਵਾਂ ਮੈਂ ਜ਼ਰੂਰ ਸੁਣਾਉਣਾ ਨਾ ਸੁਣਾਉਣ ਦੀ ਇਜਾਜ਼ਤ ਹਾਂ ਸੋਚਦੇ ਹਾਂ ਚਿੱਠੀ ਪਾਓ ਪਹਿਲਾਂ ਸੁਣਾਓ ਜੀ ਸੁਣਾਓ ਹਾਂਜੀ ਇਜਾਜ਼ਤ ਹੈ ਯਾਰਾ ਨਸ਼ਿਆਂ ਤੋਂ ਬਚ ਚੰਗੀ ਹੁੰਦੀ ਨਹੀਂ ਹੋਇਆ ਤੇ ਤਾਈਓ ਤਾਂ ਸਿਆਣੇ ਬੰਦੇ ਆਖ ਗਏ ਨੇ ਸੱਚ ਇਹ ਜਿਹੜੀ ਗਾਹਾਂ ਲੈਣੇ ਨਾ ਜਿਹੜਾ ਬੰਦਾ ਜਿਮ ਜਾਂਦਾ ਨਾ ਥੋੜਾ ਸਰੀਰ ਆ ਉਹਨੂੰ ਬੰਦਾ ਹਰ ਆਲ ਦਾ ਟਾਈਮ ਕਹਿੰਦਾ ਭਾਜੀ ਇੱਧਰ ਆਉਂਗੇ ਇੱਕ ਬੰਦਾ ਉਹਦੇ ਜੇਬੀ ਵਿੱਚ ਲੱਖ ਪੌਂਡ ਆ ਪੌਂਡ ਆ ਰੁਪਈਆ ਆ ਉਹ ਸਕਿਨੀ ਆ ਜਿੱਦਾਂ ਪਤਲਾ ਆ ਜਿਹੜੇ ਲੁਕਆਊਟ ਨਹੀਂ ਕਰਦਾ ਉਹਨੂੰ ਇੱਧਰ ਆਵੇ ਤੇ ਉਹ ਉਹਦੇ ਮਾਦੇ ਨਾਲ ਜਿੱਦਾਂ ਠੀਕ ਹੈ ਯਾਰਾ ਨਸ਼ਿਆਂ ਤੋਂ ਬਚ ਚੰਗੀ ਹੁੰਦੀ ਨਹੀਂ ਉਹ ਅੱਤ ਤਾਈਓ ਤਾਂ ਸਿਆਣੇ ਬੰਦੇ ਆਖ ਗਏ ਨੇ ਸੱਚ ਵੱਡੀ ਛਾਤੀ ਵਾਲਾ ਹੁੰਦਾ ਸਾਰਿਆਂ ਦਾ ਭਾਜੀ ਵੱਡੇ ਡੋਲੇ ਵਾਲਾ ਹੁੰਦਾ ਸਾਰਿਆਂ ਦਾ ਭਾਜੀ ਇਹੋ ਜੱਗ ਜਾਣਦਾ ਪਰ ਸੁੱਟ ਕੇ ਗਲਾਸੀ ਦੂਰ ਕਰਕੇ ਉਦਾਸੀ ਆ ਜਾ ਜਿਮ ਵਿੱਚ ਸਾਡੇ ਨਾਲ ਡੰਡ ਮਾਲਾ ਸੁੱਟ ਕੇ ਗਲਾਸੀ ਦੂਰ ਕਰਕੇ ਉਦਾਸੀ ਆ ਜਾ ਪੇੜ ਵਿੱਚ ਸਾਡੇ ਨਾਲ ਡੰਡ ਮਾਲਾ ਇੱਕ ਦੋ ਇੱਕ ਦੋ ਗਾਹਾਂ ਵਾਲਾ ਨਹੀਂ ਭਾਈ ਡੰਡ ਬਾਅਦ ਚ ਮਾਰਦੇ ਗਾਹਾਂ ਵਾਲੀ ਲੈਣ ਬਹੁਤ ਸੌਣ ਵਾਲੀ ਬੱਚਿਆਂ ਨੇ ਜੇ ਕੋਈ ਚੰਗਾ ਕੰਮ ਕਰੂ ਮਾਪਿਆਂ ਦਾ ਨਾਮ ਬਣੂ ਬਾਪੂ ਬੁੱਢਾ ਵੀ ਤਾਂ ਸਾਰਿਆਂ ਚ ਇੱਕ ਤਾਂ ਖੜੂ ਉਹ ਬਾਪੂ ਬੁੱਢਾ ਵੀ ਤਾਂ ਸਾਰਿਆਂ ਚ ਇੱਕ ਤਾਂ ਖੜੂ ਹੋਵੇ ਚੰਗੀ ਜੇ ਕਿਸੇ ਦੀ ਔਲਾਦ ਹੋਵੇ ਚੰਗੀ ਜੇ ਕਿਸੇ ਦੀ ਔਲਾਦ ਨਵਾਣਾ ਜੱਗ ਨੀ ਸਹਾਰਦਾ ਪਰ ਸੁੱਟ ਕੇ ਗਲਾਸੀ ਦੂਰ ਕਰਕੇ ਉਦਾਸੀ ਆ ਜਾ ਜਿਮ ਵਿੱਚ ਸਾਡੇ ਨਾਲ ਟੰਡ ਮਾਰਦਾ ਸੁੱਟ ਕੇ ਗਲਾਸੀ ਦੂਰ ਕਰਕੇ ਉਦਾਸੀ ਆ ਜਾ ਪਿੜ ਵਿੱਚ ਸਾਡੇ ਨਾਲ ਡੰਡ ਮਾਰਦਾ ਮੇਰਾ ਮੈਨੇਜਰ ਸੀਗਾ ਜੱਸਾ ਸੰਧੂ ਵੀ ਦੇਖੂਗਾ ਟੈਲੀਵਿਜ਼ਨ ਤੇ ਮੇਰੇ ਆਲੀ ਇੰਗਲੈਂਡ ਚ ਉਹਨਾਂ ਦਾ ਇੱਕ ਬਾਬਾ ਸੀ ਤੇ ਉਹਨਾਂ ਦਾ ਪਿੰਡ ਹੈਗਾ ਸੰਧਵਾ ਸੰਧੂ ਜੋ ਵੀ ਸੰਧੂ ਆ ਤੇ ਉਹ ਛੋਟਾ ਸੀ ਕਹਿੰਦਾ ਉਹ ਆਪਣੇ ਬਾਬੇ ਨੂੰ ਕਹਿੰਦਾ ਯਾਰ ਨੀ ਕਹਿੰਦਾ ਬਾਬੇ ਨੂੰ ਬਾਬਾ ਇਹ ਤੈਨੂੰ ਸਾਰੇ ਭਾਜੀ ਭਾਜੀ ਕਹਿੰਦੇ ਪਿੰਡ ਵਿੱਚ ਉਹਦੇ ਬਾਬੇ ਦੇ ਡੋਲੇ ਡੋਲੇ ਬਹੁਤ ਤਕੜੇ ਕਹਿੰਦਾ ਇਹ ਭਾਜੀ ਤਾਂ ਕਹਿੰਦੇ ਆ ਇਹ ਮੇਰੇ ਡੋਲੇ ਆ ਡੋਲੇ ਕਰਕੇ ਮੇਰੇ ਸਰੀਰ ਕਰਕੇ ਤੇ ਉਹ ਭਾਜੀ ਚਲ ਗਿਆ ਇੰਗਲੈਂਡ ਨੂੰ 14-15 ਸਾਲ ਬਾਅਦ ਭਾਜੀ ਇੰਡੀਆ ਨੂੰ ਆਇਆ ਤੇ ਉਸੇ ਬਾਬੇ ਨੂੰ ਉਹ ਭਾਜੀ ਨੂੰ ਮੇਰੇ ਜਸ ਭਾਜੀ ਜਸ ਸੰਧੂ ਨੂੰ ਸਾਰੇ ਭਾਜੀ ਭਾਜੀ ਕਹਿਣ ਮੁੜ ਕੇ ਬਾਬੇ ਨੂੰ ਬੁਲਾਇਆ ਬਾਬਾ ਵੱਡਾ ਹੋ ਗਿਆ ਕਹਿੰਦਾ ਕਾਕਾ ਪਛਾਣਿਆ ਨੀ ਕਹਿੰਦਾ ਬਾਬਾ ਮੈਨੂੰ ਸਾਰੇ ਭਾਜੀ ਕਹਿੰਦੇ ਆ ਉਹ ਤੇਰੀ ਉਹ ਬਾਬੇ ਦੀ ਫਿਰ ਗੱਲ ਉੱਥੋਂ ਗਾਣਾ ਪੈਦਾ ਹੋਇਆ ਮਤਲਬ ਉਹ ਚੀਜ਼ ਇੰਸਪਾਇਰ ਕਰ ਗਈ ਬੰਦੇ ਨੂੰ ਕਈ ਵਾਰੀ ਇੱਕ ਅੱਧੀ ਗੱਲ ਹੀ ਬੰਦੇ ਨੂੰ ਟੁਣਕ ਲੱਗ ਜਾਂਦੀ ਹੈ ਬੰਦਾ ਉਸ ਨੂੰ ਫੋਲੋ ਕਰਨ ਲੱਗ ਜਾਂਦਾ ਬਸ ਬਸ ਆ ਤੇ ਬਾਈ ਕਿਦਾਂ ਰਿਹਾ ਫਿਰ ਪ੍ਰੋਗਰਾਮ ਅੱਜ ਅੱਜ ਪ੍ਰੋਗਰਾਮ ਬਹੁਤ ਵਧੀਆ ETC ਵਾਲਿਆਂ ਦਾ ਮੈਂ ਤਾਂ ਬਹੁਤ ਬਹੁਤ ਥੈਂਕ ਯੂ ਕਰਦਾ ਮੈਨੂੰ ਨਿਮਾਣੇ ਜਿਹੇ ਕਲਾਕਾਰ ਤਾਂ ਹੈ ਨਹੀਂ ਮੈਂ ਇੱਕ ਟਰਾਈ ਕਰਦਾ ਮੈਨੂੰ ਇੱਥੇ ਆ ਕੇ ਮੇਰੇ ਪਿੰਡ ਬਾਰੇ ਮੇਰੇ ਪਿੱਠੂ ਵੱਜ ਖੇਡਿਆ ਪਿੱਠੂ ਕਰਨ ਸਿਰ ਮੇਰੇ ਸਭ ਤੋਂ ਜ਼ਿਆਦਾ ਬੋਲਾਂ ਵੱਜੀਆਂ ਭਾਜੀ ਕੁਛ ਕੁਛ ਪਾਣੇ ਕੇ ਲਈ ਕੁਛ ਕੁਛ ਖੋਲ ਦਿੱਤਾ ਹੈ ਬਹੁਤ ਬਹੁਤ ਥੈਂਕ ਯੂ ETC ਵਾਲਿਆਂ ਦਾ ਕਰਦਾ ਸਾਡਾ ਵੀ ਸਾਰੀ ਟੀਮ ਦਾ ਠੀਕ ਹੈ ਵਧੀਆ ਰਿਹਾ ਪ੍ਰੋਗਰਾਮ ਮੇਲਾ ਬਹੁਤ ਨਿਆਰਾ ਸੋਚਿਆ ਸੀ UK ਰਹਿੰਦੇ ਹੋਏ ਵੀ ਵਧੀਆ ਬਣੂਗਾ ਪ੍ਰੋਗਰਾਮ ਭਾਜੀ ਮੈਂ ਤੁਹਾਨੂੰ ਦੱਸਦਾ ਇੰਗਲੈਂਡ ਵਿੱਚ ETC ਬਹੁਤ ਮਸ਼ਹੂਰ ਹੈ ਓਕੇ ਮੈਂ ਕਦੇ ਨਹੀਂ ਸੋਚਿਆ ਸੀ ਮੈਂ ਤੁਹਾਡੇ ਨਾਲ ਇੱਥੇ ਬਹਿ ਕੇ ਗੱਲਾਂ ਕਰ ਰਿਹਾ ਜਿੱਦਾਂ ਮੈਂ ਤੁਹਾਨੂੰ ਉਹ ਯੂਟਿਊਬ 'ਤੇ ਕਰਕੇ ਤੁਸੀਂ ਆਪਣਾ ਸਾਡੇ ਪਿੰਡ ਦਾ ਪਹਿਲਾਂ ਵੀ ਸ਼ੂਟ ਕੀਤਾ ਸੀ ਵਾਈ ਆਪਣਾ ਸਾਡੇ ਪਿੰਡ ਰੱਬ ਵਸਦਾ ਯਾ ਅਤੇ ਅੱਜ ਤੁਹਾਡੇ ਨਾਲ ਬੈਠੇ ਹਾਂ ਖੁਸ਼ਕਿਸਮਤ ਆ ਬਾਜੀ ਕਮਾਲ ਹੈ ਮੇਰੇ ਕੋਈ ਸਾਨੂੰ ਵੀ ਇਹ ਗੱਲ ਕਹਿ ਰਿਹਾ ਮੈਂ ਵੀ ਗੱਲ ਤੇ ਪਰ ਜਿਹੜੀ ਗੱਲ ਇੱਕ ਥੋੜ੍ਹੀ ਜਿਹੀ ਰਹੀ ਕਰਨ ਵਾਲੀ ਉਹ ਸੀਗੀ UK ਵਾਲੀ ਬਈ ਜਿੱਦਾਂ 10 ਸਾਲ UK 'ਚ ਰਹੇ ਬਾਈ ਉੱਧਰ ਤੁਸੀਂ ਕਰਦੇ ਕੀ ਹੋਏ UK ਬਾਈ 2002 'ਚ ਗਿਆਰੀ ਲੈਂਡਿੰਗ UK ਅੱਛਾ 2002 ਵਿੱਚ ਗਿਆ ਉੱਥੇ ਪਹਿਲਾਂ ਜਾ ਕੇ ਕੰਮ ਕੀਤਾ ਬਿਲਡਰ ਦਾ ਕੰਮ ਭਰਾ ਦਾ ਮੇਰਾ ਹਲੇ ਵੀ ਬਿਲਡਰ ਆ ਉਹ ਅੱਛਾ ਉਹਦੇ ਨਾਲ ਕੰਮ ਕੀਤਾ ਥੋੜ੍ਹਾ ਚਿਰ ਦੋ ਸਾਲ ਕੰਮ ਕੀਤਾ ਥੋੜ੍ਹੇ ਵਾਲੇ ਪੈਸੇ ਜਿਹੜੇ ਸੀਗੇ ਦੇਣ ਵਾਲੇ ਇੱਧਰ ਉੱਧਰ ਲਾ ਲੋ ਕੇ ਅੱਛਾ ਫਿਰ ਮੈਂ 2 ਸਾਲ ਲਿਵਰਪੂਲ ਸ਼ੋਪ 'ਤੇ ਲਾਇਆ ਉਦੋਂ ਬਾਅਦ
ਮੇਰਾ ਦਿਮਾਗ ਤੇ ਸੀਗਾ ਮੈਂ ਮਿਊਜ਼ਿਕ ਜਿੱਦਾਂ ਮੈਂ ਮਿਊਜ਼ਿਕ ਵਿੱਚ ਆਉਣਾ ਹੈ 2006 ਦੇ ਵਿੱਚ ਮੈਂ ਆ ਗਿਆ ਬਰਮਿੰਗਮ ਫਿਰ ਮੁੜ ਕੇ 3-4-5 6 ਵਿੱਚ ਹਾਂ 6 ਜਾਂ 7 ਵਿੱਚ 6 ਅਤੇ ਬਿਲਡਰ ਦਾ ਕੰਮ ਸ਼ੁਰੂ ਕਰ ਦਿੱਤਾ ਪੈਸੇ ਪੂਸੇ ਚਾਰ ਕਮਾ ਕੇ ਮਿਊਜ਼ਿਕ 'ਤੇ ਲਾਉਂਦਾ ਲਾਉਂਦਾ ਰਿਹਾ ਪਰ ਕਰਦੇ ਕਰਾਉਂਦੇ ਮੇਰੇ 6-7 ਸਾਲ ਜਿੱਦਾਂ 6-7 ਸਾਲ ਲੰਘ ਗਏ ਸਟਰਗਲ ਕਰਦੇ ਤਾਂ 6-7 ਸਾਲ ਫਿਰ ਮੇਰਾ ਸੂਤ ਲੱਗਾ ਜਾ ਕੇ 2010 ਓਕੇ ਦੇ ਸ਼ੁਰੂ ਵਿੱਚ ਮੈਂ ਨਹੀਂ ਪੀਂਦਾ ਹਾਂ ਦੀ ਹੈ ਤੇਰਾ ਇਸ਼ਕ ਪਲਾਉਂਦਾ ਨਹੀਂ ਜੱਸਾ ਭਾਜੀ ਜਿਨ੍ਹਾਂ ਨੇ ਮੇਰੀ ਜਿੱਦਾਂ ਜਿਹਨਾਂ ਕਰਕੇ ਮੈਂ ਅੱਜ ਮਾੜਾ ਮੋਟਾ ਲੋਕ ਮੈਨੂੰ ਪਛਾਣਦੇ ਆ ਜੱਸਾ ਸੰਧੂ ਉਹਨਾਂ ਕਰਕੇ ਫਿਰ ਬਸ ਚੱਕਰ ਮੱਥਰ ਇੱਥੇ ਤੇ ਹੁਣ ਉਦੋਂ ਬਾਅਦ ਫਿਰ ਇੱਕ ਗਾਣਾ ਕੱਢਦੇ ਰਹੇ ਇੱਕ ਨਾਮ ਰਹਿ ਗਿਆ ਜਿਹਦੇ ਕਰਕੇ ਇਹ ਅੱਜ ਪ੍ਰੋਗਰਾਮ ਹੋਇਆ ਮੈਨੂੰ ਸਭ ਤੋਂ ਜੱਸਾ ਸੰਧੂ ਮਿਲਿਆ ਫਿਰ ਉਦੋਂ ਬਾਅਦ ਏਦਾਂ ਏਦਾਂ ਜਿੱਦਾਂ ਲੜੀ ਜੋੜਦੀ ਰਹੀ ਜਦੋਂ ਪਹਿਲਾ ਸਿੰਗਲ ਬੰਦਾ ਆਉਂਦਾ ਜਦੋਂ ਨਾ ਉਹਨੂੰ ਵੀ ਹੱਥ ਲਾਉਣਾ ਉਹ ਬੰਦਾ ਸਾਰੀ ਉਮਰ ਨੀ ਚੇਤੇ ਭੁੱਲਦਾ ਸਰ ਉਦਾਂ ਹੁਣ ਮੈਨੂੰ ਲੱਗਦਾ ਜਿਵੇਂ ਨਾ ਗਹਿਣ ਲੱਗ ਪਿਆ ਹੁਣ ਤਾਂ ਜਿੱਦਾਂ ਜਿੱਦਾਂ ਸਟੇਜਸ ਬਣ ਗਏ ਠੀਕ ਹੈ ਚਲੋ ਬਾਈ ਜੀ ਇਹ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਅਤੇ ਆ ਜਾਓ ਹੁਣ ਤੁਹਾਡੇ ਲਈ ਕੁਝ ਮੈਸੇਜ ਨੇ ਮੇਰੇ ਕੋਲ ਹਾਂਜੀ ਹਾਂਜੀ ਕਿਉਂਕਿ ਆਪਾਂ ਯੂਕੇ ਤਾਂ ਸੁਣਦੇ ਰਹੇ ਤੁਹਾਨੂੰ ਬਹੁਤ ਲੋਕ ਤੁਹਾਡੇ ਫੈਨ ਹੈ ਹੁਣ ਆਪਣੇ ਇੰਡੀਆ ਵਾਲੇ ਫੈਨ ਤੁਹਾਡੇ ਪੰਜਾਬ ਦੇ ਫੈਨ ਕੀ ਕਹਿੰਦੇ ਆ ਹਾਂਜੀ ਆਓ ਜੀ ਫਿਰ ਦੇਖਦੇ ਹਾਂ Hi Gary, I'm especially Tanush, Pipe Page in Chicago. Toh. We love your songs. All my friends, we go to the club and we dance on your dance numbers. We request you to come up with more beat songs, some cool peppy numbers. You rock. ਸਤਿਕਾਰ ਗੈਰੀ ਭਾਜੀ ਮੇਰਾ ਨਾਮ ਤੁਸੀਂ ਮੈਂ ਮੋਹਾਲੀ ਤੋਂ ਬਿਲੋਂਗ ਕਰਦਾ ਮੈਨੂੰ ਤੁਹਾਡੇ ਸਾਰੇ ਗਾਣੇ ਬਹੁਤ ਪਸੰਦ ਆ ਮੇਨਲੀ ਉਹ ਗਾਣਾ ਜਿਹੜਾ ਟੌਪ ਤੇ ਯਕੀਨੀ ਲਾਉਂਦੇ ਤੁਹਾਡੇ ਤੇਰੇ ਕਰਕੇ ਉਹ ਗਾਣਾ ਬਹੁਤ ਪਸੰਦ ਆ ਮੈਨੂੰ ਤੁਹਾਨੂੰ ਰੱਬ ਚੜ੍ਹਦੀਆਂ ਕਲਾਂ 'ਚ ਰੱਖੇ ਰੱਬ ਤੁਹਾਨੂੰ ਸਾਰੇ ਪਾਸੇ ਤਰੱਕੀਆਂ ਬਖਸ਼ੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੈਰੀ ਭਾਈ ਮੇਰਾ ਨਾਮ ਰਾਜੇਸ਼ ਕੰਬੋਜ ਆ ਮੈਂ ਅਬੋਹਰ ਦਾ ਰਹਿਣ ਵਾਲਾ ਅਤੇ ਹੁਣ ਚੰਡੀਗੜ੍ਹ ਮੈਂ ਸਟੱਡੀ ਕਰ ਰਿਹਾ ਤੁਹਾਡੀ ਜੋ ਗਾਇਕੀ ਹੈਗੀ ਆ ਉਹਨੂੰ ਅਬੋਹਰ 'ਚ ਬਹੁਤ ਲੋਕ ਪਸੰਦ ਕਰ ਰਹੇ ਆ ਮੇਰੇ ਘਰ ਵਾਲੇ ਵੀ ਤੁਹਾਡੀ ਤੁਹਾਡੀ ਗਾਇਕੀ ਨੂੰ ਬਹੁਤ ਵਧੀਆ ਮੰਨਦੇ ਆ ਉਹਨਾਂ ਨੇ ਜਦੋਂ ਵੀ ਤੁਹਾਡਾ ਗਾਣਾ ਆਉਂਦਾ ਸਾਰੇ ਭੱਜ ਕੇ ਟੀਵੀ ਅੱਗੇ ਇਕੱਠੇ ਹੋ ਜਾਂਦੇ ਆ ਉੰਨੀ ਦੇਰ ਹਿੱਲਣ ਦਾ ਨਾਮ ਨਹੀਂ ਲੈਂਦੇ ਜਿੰਨੀ ਦੇਰ ਤੱਕ ਗਾਣਾ ਨਹੀਂ ਤੁਹਾਡਾ ਖਤਮ ਹੁੰਦਾ ਪਰਸੋਂ ਦੀ ਗੱਲ ਹੈ ਮੈਂ ਸਟੇਸ਼ਨ ਚੇਂਜ ਹੀ ਕਰਨ ਲੱਗਿਆ ਸੀ ਤੁਹਾਡਾ ਗਾਣਾ ਆ ਗਿਆ ਅਤੇ ਮੈਨੂੰ ਗਾਲਾਂ ਵੀ ਪਈਆਂ ਵੀ ਉਹ ਗਾਣਾ ਦੁਬਾਰਾ ਲਾ ਪਰ ਮੈਂ ਲਾਇਆ ਨਾ ਫਿਰ ਮੈਨੂੰ ਦੁਬਾਰਾ ਇੱਕ ਚੱਪਲ ਵੱਜੀ ਫਿਰ ਮੈਂ ਉਹ ਗਾਣਾ ਦੁਬਾਰਾ ਲਾਇਆ ਤੁਹਾਡੀ ਗਾਇਕੀ ਨੂੰ ਮੈਂ ਵੀ ਬਹੁਤ ਪਸੰਦ ਕਰਦਾ ਸਤਿ ਸ਼੍ਰੀ ਅਕਾਲ ਗੈਰੀ ਸੰਧੂ ਜੀ ਮੈਨੂੰ ਤੁਹਾਡੇ ਗਾਣੇ ਬਹੁਤ ਪਸੰਦ ਨੇ ਤੁਸੀਂ ਅਬਰੋਡ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਪਾਪੂਲਰ ਹੋ ਬਟ ਹੁਣ ਤੁਹਾਨੂੰ ਇੰਡੀਆ ਦੇ ਵਿੱਚ ਦੇਖ ਕੇ ਸਾਨੂੰ ਬਹੁਤ ਅੱਛਾ ਲੱਗਿਆ ਗੈਰੀ ਸੰਧੂ ਜੀ ਤੁਹਾਨੂੰ ਰੱਬ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਗੋਡ ਬਲੈਸ ਯੂ ਅਤੇ ਮੈਂ ਇਹ ਵਾਲੀ ਬਾਈਟ ਫੇਸਬੁੱਕ 'ਤੇ ਵੀ ਭੇਜੀ ਹੈ ਸਤਿ ਸ਼੍ਰੀ ਅਕਾਲ ਗੈਰੀ ਜੀ ਕੀ ਹਾਲ ਹੈ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਫੈਨ ਈਵਨ ਏ ਸੀ ਹੁਣ ਗਰਮੀਆਂ ਵੀ ਆ ਗਈਆਂ ਨੇ ਅਤੇ ਮੈਂ ਤੁਹਾਡੇ ਸਾਰੇ ਗਾਣੇ ਸੁਣਦੀ ਹਾਂ ਅਤੇ ਮੈਨੂੰ ਇਹ ਪ੍ਰੋਗਰਾਮ 'ਚ ਹਾਲ ਚਾਲ ਬਹੁਤ ਵਧੀਆ ਲੱਗਦਾ ਹੈ ਅਤੇ ਆਈ ਐਮ ਹੈਪੀ ਕਿ ਮੈਂ ਤੁਹਾਡੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗੱਲ ਕਰ ਪਾ ਰਹੀ ਹਾਂ ਅਤੇ ਤੁਹਾਡੇ ਸਾਰੇ ਗਾਣੇ ਸੁਣਦੀ ਹਾਂ ਮੇਰਾ ਫੇਵਰੇਟ ਸੌਂਗ ਸਾਹਾਂ ਤੋਂ ਪਿਆਰ ਹੈ ਜਦ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਹੋਪ ਟੂ ਸੀ ਯੂ ਸੂਨ ਥੈਂਕ ਯੂ ਥੈਂਕ ਯੂ ਉਹ ਤੇਰੇ ਇਸ਼ਕ ਦਾ ਪੱਟਿਆ ਟੌਰ ਸ਼ਕੀਨੀ ਲਾਉਂਦਾ ਏ ਕਦੇ ਪਾਉਂਦਾ ਸੀ ਕੁੜਤੇ ਅੱਜ ਕੱਲ੍ਹ ਨਾਈਕੀ ਪਾਉਂਦਾ ਏ ਸਤਿ ਸ਼੍ਰੀ ਅਕਾਲ ਗੈਰੀ ਬਾਈ ਜੀ ਮੈਂ ਰਵਨੀਤ ਤੁਸੀਂ ਮੈਨੂੰ ਪਹਿਲਾਂ ਵੀ ਪ੍ਰੋਗਰਾਮ 'ਚ ਕਾਫੀ ਦੇਖਿਆ ਹੋਣਾ ਜੀ ਮੈਂ ਤਾਂ ਅਕਸਰ ਬਾਈਟ ਦਿੰਦੇ ਰਹਿੰਦਾ ਜੀ ਮੈਨੂੰ ਸਾਰੇ ਸਿੰਗਰ ਪਸੰਦ ਹੈ ਬਾਈ ਜੀ ਤੁਸੀਂ ਵੀ ਕਮਾਲ ਕਰੀ ਜਾਂਦੇ ਹੋ ਮੇਰੀ ਗੱਡੀ ਦੇ ਵਿੱਚ ਜਿਹੜਾ ਮਤਲਬ ਕਿ ਵੱਜਦਾ ਅੱਜ ਕੱਲ੍ਹ ਇਹ ਵੱਜਦਾ ਬਾਕੀ ਤੁਸੀਂ ਮੈਨੂੰ ਕਿਸੇ ਟਾਈਮ ਕਾਲ ਕਰਿਓ ਜਿਹੜੀ ਕਾਲਰ ਟਿਊਨ ਹੈ ਉਹ ਵੀ ਆਹੀ ਲਾਈ ਹੋਈ ਹੈ ਜਿਹੜੀ ਇੱਕ ਤੁਹਾਡੇ ਕੋਲੋਂ ਸ਼ਿਕਾਇਤ ਹੋਇਆ ਕਿ ਜਿਹੜੀ ਮੇਰੀ ਸਹੇਲੀ ਉਹ ਵੀ ਤੁਹਾਨੂੰ ਜ਼ਿਆਦਾ ਪਸੰਦ ਕਰਨ ਲੱਗੀ ਹੈ ਮਾਲਕ ਉਹ ਮੇਰੀ ਦੂਰ ਜਾਣ ਲੱਗ ਗਈ ਤੁਹਾਡੇ ਤੁਹਾਡੇ ਕੋਲ ਕੋਲ ਆਉਣ ਲੱਗ ਗਈ ਹੈ ਬਾਕੀ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ ਸਤਿ ਸ਼੍ਰੀ ਅਕਾਲ ਜੀ ਲਓ ਜੀ ਫਿਰ ਹੈ ਹਾਂਜੀ ਇੰਡੀਆ 'ਚ ਚੜ੍ਹਾਈ ਹੋਏਗੀ ਬਾਬੇ ਉਹ ਨਹੀਂ ਨਹੀਂ ਭਾਅ ਜੀ ਚੜ੍ਹਾਈ ਤਾਂ ਬਸ ਇਹਨਾਂ ਫੈਨਸ ਕਰਕੇ ਆ ਜੇ ਤੁਹਾਡੇ ਕੋਈ ਸੁਣਨ ਵਾਲਾ ਹੈ ਨਹੀਂ ਕੋਈ ਪਰ ਮੈਂ ਆਮ ਲੱਕੀ ਮੈਨ ਆਮ ਲੱਕੀ ਓਕੇ ਮੈਂ ਜਦੋਂ ਪਹਿਲਾਂ ਇੰਗਲੈਂਡ ਵਿੱਚ ਇੱਧਰ ਆਇਆ ਸੀ ਓਬਵੀਅਸਲੀ ਹੋਲ ਵਰਲਡ ਨੋ ਮਾਈ ਸਟੋਰੀ ਜਿਹੜੇ ਜਿਹੜੇ ਮੇਰੇ ਮੈਨੂੰ ਫੋਲੋ ਕਰਦੇ ਸਾਰਾ ਕੁਛ ਮੈਂ ਇੱਧਰ ਆਇਆ ਮੈਂ ਸੋਚਦਾ ਸੀ ਇਨ ਮਾਈ ਹੈਡ ਮੈਂ ਕਿਹਾ ਯਾਰ ਹੁਣ ਸ਼ਾਇਦ ਪਰ ਮੈਂ ਕਦੀ ਗਿਵ ਅਪ ਨਹੀਂ ਕੀਤਾ ਜਿੱਦਾਂ ਗੋ ਵਿਦ ਫਲੋ ਜਿੱਦਾਂ ਜਿੱਦਾਂ ਚੱਲਦਾ ਰਹਿੰਦਾ ਮੈਂ ਸੋਚਦਾ ਸੀ ਮੈਂ ਕਿਹਾ ਸ਼ਾਇਦ ਯਾਰ ਹੁਣ ਇੰਡੀਆ ਜਿਹੜੀ ਇੰਡਸਟਰੀ ਬਹੁਤ ਵੱਡੀ ਹੈ ਮੇਰੇ ਵਰਗੇ ਬੰਦੇ ਨੂੰ ਕੋਈ ਪੁੱਛਣਾ ਨਹੀਂ ਕਿਸੇ ਨੇ ਕੁਛ ਵੀ ਪਰ ਜਿੰਨੇ ਕੁ ਮੈਨੂੰ ਲੋਕ ਮੈਨੂੰ ਮਿਲਣ ਆਉਂਦੇ ਆ ਜਾਂ ਮੈਨੂੰ ਮੈਸੇਜ ਭੇਜਦੇ ਆ ਔਰ ਮੈਂ ਫੇਸਬੁੱਕ ਉਹਨਾਂ ਦਾ ਇੰਨਾ ਕੁ ਧੰਨਵਾਦ ਹੈ ਮੈਂ ਮੇਰੇ ਕੋਲ ਇਹੀ ਕਹਿ ਸਕਦਾ ਆਈ ਲਵ ਯੂ ਆਲ ਆਈ ਲਵ ਯੂ ਆਲ ਓਕੇ 70,000 ਤੁਹਾਨੂੰ ਬੰਦੇ ਹੈਗੇ ਸਾਡੇ ਫੈਨਸ ਹਾਂਜੀ 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 ਸੋ 70,000 ਲੋਕਾਂ ਨੂੰ ਆਈ ਲਵ ਯੂ ਆਲ 70,000 ਬੰਦਾ ਹਾਂਜੀ ਤੇ
ओके थोड़ी मैं गल क्लीयर करनी है फेसबुक बारे भी। फेसबुक ते कला मेरे को एक मेरा अकाउंट ही है पर फेक बंदे ने अकाउंट बहुत बनाए गैरी संधू के नाते जिदा आपका असली फेसबुक अकाउंट दस मेरा उते 70,000 जिदा बंदे आ उदे ते कला एक मेरे को प्लीज ऐड करियो करके जे मैं अपडेट करना एवरीडे मैं करना पर मैनू कई मैसेज भी आंदे गैरी संधू तू खत्म मैसेज यह है जी प्यार ना रो एक जिंदगी है पता नहीं कदों पटाके पै जाने बस जी दे रहा वास्ते लो जी फिर साढ़े प्रोग्राम के भी हम पटाके पै गए तो प्रोग्राम होने लगे खत्म बई जी गैरी संधू बई जो प्रोग्राम से सू बहुत रिक्वेस्ट आँगी सा अपनी फेसबुक पेज से बहुत लोग कहते हैं गैरी बई ने शूट करो पहले असं हूँ यूके तो जा नहीं सकते तो कुदरती बई वे आ गया अपना शूट कर लिया सो ये लो भी थोड़ा लंबा मैं काम ही किया हो लंब ही लाने सारे के क्योंकि साढ़े फेसबुक फैन पेज पहले बहुत रिक्वेस्ट होंगे भी गैरी बई सदो यार उन्होंने करो पहला साड़ा बजट है नहीं असं यूके जाइए कुदरती बई इंडिया आ गया तो अपने शूट इतने कर लिया बाकी भी कोई सुझाव देना तो थले तुम दिखता होना फेसबुक वाला फैन पेज इतने आ जाओ तो सूँ ईमेल पा दो khch@zeenetwork.com हूँ मिलेंगे भी अगले प्रोग्राम के फिर मिलते हैं एक हफ्ते की बहुत सारी लंबी ब्रेक तो बाद रब रखा जी।